ਮੇਰੇ ਸਾਰੇ ਦਾ ਢਿੱਡ ਜਾ ਮਾਸਟਰ ਕਹਿੰਦਾ ਤੈਨੂੰ ਕਹਿੰਦਾ 11 ਵਜੇ ਵਾਲੇ ਪੀੜ ਚ ਕੁੱਟੂਗਾ ਤੇਰਾ ਸਾਰਾ ਇਹ ਕਿਵੇਂ ਕੁੱਟ ਲੇਗਾ ਤੈਨੂੰ ਜਿੱਥੇ ਆ ਗਿਆ ਤਾਂ ਨੜਤਾ ਕਹਿੰਦੀ ਤੋ ਬਾਣੀਆਂ ਦੇ ਮੁੰਡੇ ਤੋਂ ਕੰਮ ਕਰਾ ਲਾਂਗੇ 5 ਰੁਪਏ ਦੇ ਕੇ ਸਾਰਾ ਨਿਬੜ ਜੂ सख्ती मान तो देख ही देखना चाहे कुछ हो जी दो जने जो कला कला टक्कर ना मेनू और देख लो तू जाना उन्होंने मैसा नमान तेनू पे पे कुटू डोबे ते जो तू तेरे बुढ़े की रोटी लेके जाना हूं ना और तेन तो सिव्या की कंध ना ला ला के कुटूंगा तू देख लिया डोबे डबो पीटी कुटू यार छुट्टी तो होने वाली है बैग तो भोले हो रही आप ही सामना नहीं आप गिल हो रहे बीसीआर ला के देख रहे चल देखी कल चल कोई भी हो लोली दा पोप है जा पोप दा लोली हो तो दे दो मेनू कितने चाहिए एक दे दे
ਲੈ ਕਿੰਨੇ ਦਾ ਇਹ? 98 ਦਾ। ਕਿ ਮਨਾਂ ਦਾ ਜਵਾਨੀ ਦਾ ਦਿੰਦਾ ਇਹ? ਉਹ ਭਾਈ ਫਰਕ ਨਾ, ਇਹ ਵਧੀਆ ਕੁਆਲਿਟੀ ਦਾ। ਏ ਏ ਐਡੀ ਉਹ ਵੀ ਤੂੰ ਠੱਗੀ ਲਾਣਾ? ਤੂੰ ਠੱਗੀ ਨਹੀਂ ਭਾਈ, ਇਹ ਵਧੀਆ ਕੰਪਨੀ ਦਾ। ਚੱਲ 98 ਦਾ ਲਾ ਲਈ ਫਿਰ, ਚੰਗਾ। ਇੱਕੋ ਦੇ ਦੇ ਮੈਨੂੰ। ਕੀ? ਬਿਸਕੁਟ ਦੇ ਦੇ, ਬਿਸਕੁਟ ਕਹਿ ਲੇ ਦੇ ਦੇ ਦੇ, ਛੋਟਾ ਜਿਹਾ ਪੈਕਟ ਹੁੰਦਾ ਜਿਹੜਾ। ਅੱਛਾ ਹਾਂ, ਠੱਗੀ ਲਾਉਂਦਾ ਲਾ ਲਾ। ਮੈਂ ਘਰ ਦੱਸਿਆ ਪੂਰਾ ਇਹਦਾ, ਮੈਂ ਬਣਾਉਣਾ ਇੱਥੇ ਨਹੀਂ ਤਾਂ। ਦੇ ਦੇ ਸੇਠਾ, ਬਾਪੂ ਕੁੱਟੂਆ ਘਰੇ, ਮੈਂ ਜਾਣਾ ਛੇਤੀ। ਲੈ ਭਾਈ, 2 ਰੁਪਈਆਂ ਦੇ ਨੇ। 2 ਰੁਪਈਆਂ ਦੇ? ਹਾਂ। ਐ ਕਰੀਏ, ਮੇਰੇ ਖਾਤੇ ਚ ਲਿਖ ਲਈ। ਲੈ ਚੀਚਣਾ ਜਾ, ਮੀਚਣਾ ਜਾ, ਕੀ ਕਮਾਲੇ ਕਰ ਗਿਆ ਹੈ? ਬਿੱਲੇ ਰਾਮ ਨੂੰ ਬੁੱਧੂ ਬਣਾ ਗਿਆ, ਕਹਿੰਦਾ ਮੇਰੇ ਖਾਤੇ 'ਚ ਲਿਖ ਲਈ। ਉਹਨੂੰ ਪੁੱਛਣਾ ਹੋਵੇ ਕੰਜਰੂ, ਤੇਰੇ ਬਾਪ ਤੱਕ ਦਾ ਖਾਤਾ ਨਹੀਂ ਹੈਗਾ, ਤੇਰੇ ਖਾਤੇ 'ਚ ਕਿੱਥੋਂ ਲਿਖ ਲੂੰ? ਚੱਲ ਕੋਈ ਨਾ ਬਿੱਲੇ ਰਾਮਾ, ਜੇ ਹੁਣ ਉਹਦੇ ਮਗਰ ਦੁਕਾਨ ਛੱਡ ਕੇ ਵਗ ਜਾਂਦਾ, ਉਰੇ ਤੇਰਾ ਕੋਈ ਹੋਰ ਉਦੂ ਚਾਹੀਦਾ ਸਮਾਨ ਚੱਕ ਲਿਆ। ਚਲੋ ਇਹ ਤਾਂ ਬਚਾ ਲਿਆ। ਐਂ ਕਰ ਫਿਰ, ਯਾਦ ਰੱਖੀ, ਜੇ ਚੀਚਣਾ ਮੀਚਣਾ ਫਿਰ ਦੁਕਾਨ 'ਤੇ ਆਏਗਾ ਨਾ, ਕਦੇ ਲੈਣ ਤਾਂ ਆਊਗਾ, ਕਦੇ ਵੱਧ ਸੌਦੇ 'ਚ, ਉਦੇ ਫਿਰ ਇਹ ਜਿਹੜੇ 5-4 ਰੁਪਈਏ ਇਹਦੋਂ ਲੈਣੇ ਨੇ, ਵਿੱਚੇ ਲਵਾਂਗੇ ਕਿਸੇ ਹਿਸਾਬ ਨਾਲ। ਠੀਕ ਹੈ ਬਿੱਲੇ ਰਾਮਾ, ਕੋਈ ਨਾ, ਯਾਦ ਰੱਖੀ, ਬਸ ਚੇਤੇ 'ਚ ਰੱਖੀ। ਢਿੱਡ ਪਤਾ ਨੀ ਕਾਹਤੋਂ ਗੁੜ ਗੁੜ ਕਰਦਾ। ਹਾਂ ਅੱਜ ਰੋਟੀ ਨੀ ਖਾਈ, ਅੱਜ ਰੋਟੀ ਖਾਂਦੇ ਪਹਿਲਾਂ ਬਾਈ। ਬੇਬੇ ਵੀ ਐਨ ਹੈ ਵਿੱਚ ਨੂਨ ਵਾਲੀਆਂ ਨੇ ਲਾ ਦਿਆ ਗੱਲ, ਉੜ ਗਈ ਗੱਲ। ਬਾਣੀ ਨੇ ਪੱਪੂ ਧਾਰਾ ਜਾ ਕਦੋਂ ਕੰਮ ਆਊਗਾ? ਹੁਣ ਅੰਬ ਵਾਲੇ ਪਾਣੀ ਨਾਲ ਰੋਟੀ ਖਾਵਾਂਗੇ। ਸ਼ਕਤੀਮਾਨ ਵੀ ਚੱਲਣ ਵਾਲੀ ਹੋਣਾ, ਛੇਤੀ ਭੱਜ ਲੈ। ਐਂ ਰੋਟੀ ਕਿਵੇਂ ਹਜਮ ਆਊਗੀ ਪਹਿਲਾਂ, ਜਦੋਂ ਤੱਕ ਕੋਈ ਕਤਿੱਤ ਨਾ ਕਰੀਏ, ਕਿਲਤ ਤਾਂ ਕਰਨੀ ਪਊਗੀ। ਹੋਰ ਕੀ ਗੱਲ, ਆ ਬੁੜੀਆਂ ਨੂੰ ਲੜਾ ਜਾਂਦੇ ਹਾਂ ਨਾ, ਉਹਦੀਆਂ ਪਾਥੀਆਂ ਉੱਧਰ ਧਰ ਦਿੰਦੇ ਹਾਂ, ਉਹਦੀ ਉੱਧਰ ਧਰ ਦਿੰਦੇ ਹਾਂ। ਆਪੇ ਕਰਦੇ ਫਿਰਨਗੇ ਭਾਈਆਂ ਬਤੜੀ, ਮੇਰੀਆਂ ਬਾਥੀਆਂ ਲੱਗੀ ਭਾਈਆਂ ਬਤੜੀ। ਸਿੰਗਲੇ ਸਿੰਗਲੇ ਬਾਈ ਸਿੰਗਲੇ,
ਮੈਂ ਤਰਨਾਟ ਉਹ ਤੀਰਾ ਸੱਚ ਤੀਰਾ ਕਿੱਧਰ ਮੈਂ ਤਾਂ ਸ਼ਕਤੀਮਾਨ ਦੇਖਣ ਆਇਆ ਉਹ ਕੱਲ ਤਾਰ ਤੋੜ ਕੇ ਤੁਸੀਂ ਅਲਫਾ ਦੇਖਣ ਆਏ ਸੀ ਤੋਤੇ ਨੇ ਉਹੀ ਨੋ ਲਾਤਾ ਚੰਗਾ ਕੋਈ ਨੀ ਦੇਖ ਲਿਓ ਫਿਰ ਹੁਣ ਮੈਂ ਹੀ ਦਿਖਾਊ ਸ਼ਕਤੀਮਾਨ ਤੁਹਾਨੂੰ ਮੈਂ ਦਿਖਾ ਨਾ ਤੁਹਾਨੂੰ ਸ਼ਕਤੀਮਾਨ ਤੇ ਰੋਟੀ ਖਾਣਾ ਬਾਹਰ ਤੋੜ ਗਿਆ ਉਹ ਤੋਤੇ ਨੇ ਕੰਮ ਖਰਾਬ ਕਰਤਾ ਉਹਨੇ ਦੱਸਤਾ ਵੀ ਮੈਂ ਤਾਰ ਤੋੜ ਕੇ ਗਿਆ ਸੀ ਤਾਰ ਕਿਉਂ ਤੋੜੀ ਯਾਰ ਉਹ ਫਿਰ ਯਾਰ ਤੰਗ ਕਰਦੇ ਤੇ ਉਹ ਦੇਖਣ ਨੀ ਦਿੰਦੇ ਅੱਧਾ ਨਾਟਕ ਦੇਖ ਕੇ ਤੇਰੇ ਕਰਕੇ ਸਾਰੇ ਟੈਲੀਵਿਜ਼ਨ ਦੇ ਘਰੋਂ ਹਟ ਗਏ ਹੁਣ ਅੱਛਾ ਇਹ ਵੀ ਮੇਰਾ ਕਸੂਰ ਹੋ ਗਿਆ ਹੈ ਹੋਰ ਯਾਰ ਚੰਗਾ ਬੋਲੇ ਗੋਲੀਆਂ ਨਾ ਖਿੱਟੀ ਹੋਵੇ ਹੈਗੀਆਂ ਨੇ ਤੇਰੇ ਲਵੇ ਹੈਗੀਆਂ ਨੇ ਤੇਰੇ ਲਵੇ ਤੂੰ ਦੇ ਦਿੱਤਾ ਧਾਰੀਆਂ ਪਹਿਲਾਂ ਮੈਂ ਪਹਿਲਾਂ ਨਹੀਂ 35 ਦੇ ਉਹ ਮੈਂ ਨਹੀਂ ਲਈਆਂ ਦੇ ਤੋਤੇ ਨੇ ਲਈਆਂ ਦੀ ਉਹ ਤਾਂ ਮੈਨੂੰ ਨਹੀਂ ਪਤਾ ਤੋਤਾ ਦਾ ਕਹਿੰਦਾ ਉਹਨੇ ਲਈਆਂ ਦੀਆਂ ਉਹੀ ਨੋ ਲਾਉਂਦਾ ਸਾਲਾ ਤਾਂ ਤੂੰ ਤੋਤੇ ਦਾ ਨਾਮ ਵੀ ਬਦਨਾਮ ਕਰੀ ਜਾਂਦਾ ਯਾਰ ਤੂੰ ਹੁਣ ਮੈਨੂੰ 20 ਕਿਤਾ ਗੋਲੀਆਂ ਧਾਰੀਆਂ ਦੇ ਦੇ ਮੈਂ ਨਹੀਂ ਦਿੰਦਾ ਹੈਗਾ ਧਾਰੀਆਂ ਤੂੜੀਆਂ ਚੰਗਾ ਫਿਰ ਇਹਦੇ ਤਾਂ ਇਹਦੇ ਬੱਟੇ ਦੇ ਦੇ ਗੋਲੀਆਂ ਦੱਸ ਦੇਊਂਗਾ ਹੈਂ ਦੱਸ ਦੇਊਂਗਾ ਪਹਿਲਾਂ ਬਿਸਕੁਟ ਦੇ ਉਹਨਾਂ ਕੇ ਦੇ ਲੈ ਕੇ ਭੱਜੇ ਲੈ ਐਂ ਕਰ ਫਿਰ ਦੋ ਹੋਦੇ ਦੇ 12 ਕਰ ਦੇ ਆ ਲਾਲ ਲਾਲ ਨਹੀਂ ਲਾਲ ਟਕੇ ਟਕੇ ਲਾਲ ਨਾ ਲਾਲ ਲਾਲ ਦੇ ਟਕਾ ਬਹੁਤ ਵਧੀਆ ਲਾਉਂਦੀ ਹੈ ਗਿੱਚਣ ਨੂੰ ਤਾਂ ਹਰੀ ਤੇ ਨਿਸ਼ਾਨੇ ਲਾਉਣ ਨੂੰ ਲਾਲ ਚੱਲ ਕੁੱਤੀ ਪੱਟੀ ਹੈ ਕੁੱਤੀ ਪੱਟੀ ਹਾਂ ਤੇ ਫਿਰ ਇੱਕ ਬਿਸਕੁਟ ਤਾਂ ਖਵਾ ਦੇ ਜੋ ਮੈਂ ਨਹੀਂ ਦਿੰਦਾ ਤੈਨੂੰ ਬਿਸਕੁਟ ਯਾਰ ਨਾਲ ਤੂੰ ਸਾਰੇ ਬਿਸਕੁਟ ਖਾ ਜਾਏਗਾ ਫਿਰ ਮੈਂ ਟੋਕੀਆਂ ਲੈ ਕੇ ਦੇ ਦੂੰਗਾ ਤੈਨੂੰ ਚੱਲ ਦੋ ਦੇ ਦੇ ਚੱਲ ਦੋ 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 ਦੇ ਦੋ ਦੋ ਦੇ ਕਰੀਮ ਵਾਲੇ ਨੇ ਸਾਲਾ ਭੁੱਖਾ ਲੜੀ ਗਿਆ ਉਹ ਵੀ ਨਹੀਂ ਛੱਡ ਦੇਗਾ ਉਹ ਵੀ ਖਾਈ ਜਾਂਦਾ ਤੈਨੂੰ ਨੀ ਕਿਹਾ ਓਏ ਮੈਂ ਸਾਲੇ ਨੂੰ ਟੋਬੇ ਤੇ ਲਿਜਾ ਕੇ ਕੁੱਟੋ ਮੇਰੀ ਗੱਲ ਚਾਰ ਦੇ ਫਿਰ ਤੇ ਚੁਸਕੀ ਦਿਓ ਬਗੋਲੀ ਦਾ ਖੇਡਾਂਗੇ ਹੱਥ ਨੇ ਤੈਨੂੰ ਗਿੱਲਾ ਨੇ ਬਿਸੀਆਰ ਨੀ ਦੇਖਣ ਦਿੱਤਾ ਹਨਾ ਮੈਨੂੰ ਸਿੰਗਲੇ ਕਹਿੰਦੇ ਸ਼ਕਤੀ ਮਾਨ ਦੀ ਦੇਖਣ ਦਿੱਤਾ ਆਪਾਂ ਇਹ ਕਰਦੇ ਹਾਂ ਦੋਵਾਂ ਦੀ ਲੈਟ ਹੈ ਇੱਕ ਟ੍ਰਾਂਸਫਾਰਮ ਦੋਵਾਂ ਦੀ ਹੈ ਚੱਲ ਆਪਾਂ ਉਹ ਕੱਟ ਕੇ ਆ ਰਿਹਾ ਤੂੰ ਛਿੱਤਰ ਪਵਾ ਦੇਗਾ ਬੋਲੀ ਮੇਰੀ ਗੱਲ ਤੂੰ ਮੇਰਾ ਨੋਲੇ ਦੀ ਜੇ ਪਤਾ ਲੱਗ ਗਿਆ ਪੱਕੀ ਗੱਲ ਛਿੱਤਰ ਨਾ ਪਵਾ ਦੀ ਨਾਲੇ ਅੱਜ ਕਾਹਨੂੰ ਤੂੰ ਐ ਕਰ ਜਮੀ ਪਾਣੀ ਚ ਮੋਕ ਹੈ ਭੱਜ ਲੈ
ਮੁੰਡਾ ਆਇਆ ਨੀ ਆਪਣੇ ਵਾਲਾ? ਆਜੂਗਾ, 4 ਵੱਜ ਰਹੇ ਨੇ, ਹਜੇ ਟਾਈਮ ਨੀ ਹੋਇਆ ਉਹਦਾ। ਚਮਲਾ ਆਇਆ ਕਿਦਾਂ ਹੋਇਆ? ਤੇਰਾ ਚਮਲਾ ਆਇਆ ਹੋਇਆ? ਤੇਰਾ ਚਮਲਾ ਆਇਆ ਹੋਇਆ? ਆਹੋ, ਮੇਰੇ ਸਿਰ ਲਾਈ ਜਾਂਦੀ ਆ 2 ਸਾਲ ਚਮਲਾ ਆਖੀ ਆਪਾਂ। ਗੱਲ ਸੁਣ ਮੇਰੀ, 5 ਵੱਜ ਰਹੇ ਨੇ, ਛੁੱਟੀ 2 ਵਜੇ ਹੁੰਦੀ ਆ, ਹਜੇ ਤੱਕ ਉਹ ਮੁੰਡਾ ਸਕੂਲੋਂ ਨੀ ਆਇਆ ਹੈਗਾ। ਕੋਈ ਨਾ ਜੀ ਆਜੂਗਾ। ਤੇਰਾ ਚਮਲਾ ਆਇਆ ਹੋਇਆ, ਉਹ ਆਜੂਗਾ ਕਦੋਂ? ਕੋਈ ਨਾ ਜੀ, ਹਰੇਕ ਗੱਲ ਚ ਕੋਈ ਨਾ। ਮਾੜਾ ਮੋਟਾ ਰੋਕ ਉਹਨੂੰ, ਕੰਮ ਕਾਰ ਤੇ ਲਾ ਕਿਸੇ ਦੇ। ਚੱਲ ਮੈਂ ਹੀ ਰੋਕੂਗਾ ਫਿਰ ਉਹਨੂੰ, ਮੈਂ ਦੇਖੂ ਉਹਦੀ ਝਟਾ। ਤਪਾਏ ਲਏ ਉਹਨੇ ਤਾਂ, ਜਮੀ ਤਪਾ ਲਈ। ਤੂੰ ਕਿੱਧਰੋਂ ਆਇਆ ਕੰਜਰਾ? ਜਾਨਾ ਤਾਂ ਤੂੰ ਗੇਟ ਵਿੱਚ ਦੀ ਹੁੰਦਾ, ਆਉਂਦਾ ਇੱਧਰ ਦੀਆਂ ਕੰਧਾਂ ਉੱਥੋਂ ਦੀ। ਕੱਲ ਤਾਂ ਸਿੱਧਾ ਆਇਆ ਕਰੂੰਗਾ। ਪੱਕਾ ਬਣੇਗਾ? ਅੱਗੇ ਕਰੀ ਹੁਣ, ਬਣੇਗਾ? ਚੱਲ ਅੱਜ ਤਾਂ ਛੱਡ ਦਿੰਦਾ ਤੈਨੂੰ, ਟਾਈਮ ਨਾਲ ਆ ਜਾ ਕਰਨ ਵਾਲੀ। ਗੇਟ ਵਿੱਚ ਵੀ ਆਇਆ ਕਰੂੰਗਾ, ਗੇਟ ਵਿੱਚ ਵੀ ਜਾਇਆ ਕਰੂੰਗਾ। ਚੱਲ ਠੀਕ ਆ, ਆਗਿਆ ਕਰੀ ਪੁੱਤ ਬਣੂੰਗਾ ਤੇਰਾ, ਛੱਡ ਦੇ। ਤੇ ਕੋ ਨੀ, ਮਾੜੀ ਮੋਟੀ ਅੱਖ ਹੀ ਲਾਉਂਦੀ, ਜੇ ਮਾੜਾ ਮੋਟਾ ਸਮਝਾਵੇ ਸਮਝ ਜੇ। ਕਰਦਾ ਚੁੱਪ ਹੁਣ, ਚੁੱਪ। ਖਾਏ ਨੇ ਤੈਂ ਤਾਂ, ਕਿਧਰੇ ਨੀ ਗੋਲੀ ਵੱਜੀ ਤੇਰੇ? ਕਿਵੇਂ ਕਰਦਾ ਦੇਖ, ਉਹ ਹੋ ਲੈ ਖੜਾ, ਉਰੀ ਨਲੀਆਂ ਛਿਣਕੀ ਜਾਵੇ, ਹੁਣ ਹੋ ਖੜਾ, ਚੱਲ ਕੰਮ ਕਰ। ਆਪਣਾ ਹੀ ਨੀ, ਦੂਜੀ ਜੁੱਤੀ ਦੋਵਾਂ ਨਾਲ ਸਮਾਰੂਗਾ, ਲਈ ਜਾ ਕੇ ਆ ਮੜੀ ਜੀ, ਪਰ ਜਾ ਮੈਨੂੰ ਲਿਆਣ ਦੇ। ਭੈਣ ਦੀ ਖਸਮ, ਬੁੜੇ ਜੀ ਨੇ ਕੁੱਤੇ ਹੀ ਬਾਤ, ਸਾਡੇ ਨੇ ਲਹੂ ਕੱਢਤਾ ਚਿੱਤੜਾ ਚ, ਮਾਰ ਮਾਰ ਜੁੱਤੀਆਂ ਮੈਂ ਖਾਣੀਆਂ, ਭੈਣ ਦਾ ਖਸਮ ਮੇਖਾਂ ਵੀ ਨਿਕਲਾਂ ਦਾ ਜੁੱਤੀ ਚੋਂ, ਐਂ ਤਾਂ ਦੇਖ ਲੈ ਵੀ ਚਿੱਤੜਾਂ ਦੇ ਮਾਰਦਾ ਜੋ ਮੇਖਾਂ ਵਾਲੀ ਜੁੱਤੀ ਤੇ ਨੇ ਮਾਰਾ, ਬਦਲਾ ਲਊਂਗਾ। ਜੇ ਬੁੜੇ ਤੇਰੇ ਨਾ ਪਵਾਈਆਂ ਬੁੜੀ ਤੋਂ ਅੱਜ ਨਾ, ਤੇਰੇ ਨਾ ਹਟਣਾ ਕਹੀਂ, ਕੁੱਤਾ ਰੱਖ ਦੀ ਜੇ ਮੇਰਾ ਨਾ ਕਾਲਾ ਕੁੱਤਾ ਰੱਖ ਦੀ ਜੇ। ਉਹ ਮੈਂ ਖੜਾ ਕਿ ਇੱਥੇ ਨਲੀਆਂ ਜਾਂ ਘੜੀਸੀ ਜਾਵੇਂ ਆ ਤੂੰ। ਉਰੇ ਆ ਨਲੀ ਚੋਦਿਆ, ਹੁਣ ਕੀ ਕਹੇਗਾ? ਉਰੇ ਆ ਗੱਲ ਸੁਣ, ਲੈ ਫੜ 5 ਰੁਪਏ, ਤੇਲ ਲਿਆਈ ਸਰੋਂ ਦਾ, ਧਿਆਨ ਨਾਲ ਜਾਈ ਨਾਲੇ। ਚੰਗਾ, ਅੰਦਰੋਂ ਲੈ ਜਾਈ ਕੋਈ ਭਾਂਡਾ, ਆ ਲੈ ਫੜ। ਕੈਰਨੀਆਂ ਦਾ ਲਿਆਵਾਂ? 5 ਦਾ, ਪੂਰੇ 5, ਪੂਰੇ 5 ਦਾ ਲੈ ਕੇ ਆਣਾ, ਕਿਤੇ ਖਾਏ ਆਵੀ ਕੁਛ ਵਿੱਚੋਂ, ਨਾ ਘੱਟ ਨਾ ਵੱਧ, ਨਾ ਧਿਆਨ ਨਾਲ ਜਾਈ। ਭਾਂਡਾ ਨਹੀਂ ਸੁਣ, ਬਾਪੂ ਨੇ ਤੇਲ ਮੰਗਾਇਆ। ਉਹ ਕੱਲ ਬਾਪੂ ਨਾ, ਉਹ ਜਿਹੜੀ ਲੱਛੋ ਨੀ ਹੈਗੀ, ਹਾਂ ਉਹ ਲੱਛੋ ਨੂੰ ਪਤਾ ਸੀ 3 ਪੰਡਾ ਵੱਢ ਕੇ ਲਿਆਂਦਾ ਹਰੇ ਦੀਆਂ ਖੇਤੋਂ, ਤਾਂ 2 ਉਹਨਾਂ ਦੇ ਤਾਰਿਆਂ ਦਾ, ਆਪਣੇ ਕਿੰਨੀਆਂ ਲਿਆਂਦਾ ਇਹ? ਆਪਣੇ ਤੇ 1 ਭਾਂਡਾ ਨੀ ਹੈ, ਮੈਂ ਰੋਜ਼ ਦੇਖਦਾ, ਨਾਲੇ ਉੱਥੇ ਤਾਂ ਸੁਣ ਲਵੇ ਕੱਲ ਗੱਪ ਲੱਗ ਰਹੀ ਮਾਰਨਾ, ਕਹਿੰਦਾ ਮੈਂ ਤਾਂ ਬੁੜੀ ਨੂੰ ਹੁਣ ਤੱਕ ਸਿੱਧੀ ਰੱਖਦਾ, ਕਹਿੰਦਾ ਉਹਨਾਂ ਨੂੰ ਬੰਦਿਆਂ ਨੂੰ ਲੱਗ ਰਹੀ, ਕਹਿੰਦਾ ਤਾਏ ਉਹਨਾਂ ਨੂੰ, ਕਹਿੰਦਾ ਤੁਹਾਡੇ ਤਾਂ ਤੀਵੀਆਂ ਹੀ ਮਸੂਤਾਂ ਆਉਂਦੀਆਂ, ਕਹਿੰਦਾ ਮੈਂ ਤਾਂ ਰੋਜ਼ ਸਿੱਤਰ ਪਰੇਟ ਕਰਦਾ, ਐਂ ਕਹਿੰਦਾ ਤੀ, ਹੈਂ ਐਂ ਕਰੀ ਚਿੱਪ ਕੱਢਦੀ ਬੁੜੇ ਦੇ ਦਮੀ ਨਾ ਮੈਂ ਤੇਰੇ ਨਾਲ। ਬਾਪੂ
ਕੀ ਹੋ ਗਿਆ ਹੁਣ ਤੈਨੂੰ? ਤੈਨੂੰ ਇੱਕ ਗੱਲ ਦੱਸਾਂ? ਹਾਂ ਬਹਿ ਜਾ ਦੱਸ ਦੇ। ਉਹ ਪਤਾ ਕੀ ਆ? ਹਾਂ ਤੂੰ ਐ ਦੱਸ, ਤੂੰ ਤੀਜੇ ਦਿਨ ਤੇਲ ਮੰਗਾ ਲੈਣੇ ਆ, ਆਪਾਂ ਲਾਣੇ ਤਾਂ ਸਸਤੇ ਸਸਤੇ ਆ, ਇਹ ਮੁੱਕ ਕਿਵੇਂ ਜਾਂਦਾ? ਕਿਵੇਂ ਮੁੱਕ ਜਾਂਦਾ ਹੁਣ ਮੈਨੂੰ ਕੀ ਪਤਾ ਕਿਵੇਂ ਮੁੱਕ ਜਾਂਦਾ। ਉਹ ਚਾਚੀ ਰੋਜ਼ ਕੋਲੀ ਭਰਾ ਕੇ ਲੈ ਜਾਂਦੀ ਹੈ ਬੇਬੇ ਤੋਂ। ਅੱਛਾ ਜੀ। ਹਾਂ ਤਾਂ ਤੇਲ ਮੁੱਕਦਾ, ਮੈਂ ਤੈਨੂੰ ਦੱਸਾਂ ਗੱਲ। ਇਹ ਤਾਂ ਐਂ ਵੰਡੀ ਜਾਂਦੀ ਆ ਮਨਾਂ ਦਾ ਲੋਕਾਂ ਨੂੰ ਤੇਲ, ਤਾਂ ਇਹਦਾ ਤੀਜੇ ਦਿਨ ਮੁਕਾਈ ਰੱਖਦੀ ਆ। ਤੇਲ ਦੀ ਤੇਲ ਮੰਗਾਇਆ ਮੇਰੇ ਪਾਪੇ ਨੇ। ਕੋਈ ਨਾ ਭਾਈ ਪਾ ਦਿੰਦਾ। ਕਿੰਨੇ ਦਾ? 5 ਰੁਪਈਆਂ ਦਾ। ਪਹਿਲਾਂ 5 ਰੁਪਏ ਦੇ। ਐਂ ਕਿ ਹੁਣ ਮੈਂ ਮੁੱਕਰਦਾ ਫਿਰ? ਪਾ ਦੂੰਗਾ ਤੇਲ, 5 ਰੁਪਏ ਦੇ ਪਹਿਲਾਂ। ਇੱਕ ਦੋ ਤਿੰਨ ਚਾਰ ਪੰਜ ਪਾਉਣਾ ਭਾਈ, ਮਾਰ ਕੇ ਦੇਖ ਲਾਂ ਕਿਤੇ ਕੋਈ ਥਾਨੀ ਨਾ ਦੇ ਗਿਆ ਵਿੱਚ। ਮੁੰਡਾ ਤਾਂ ਸ਼ਰਾਰਤੀ ਹੈ ਨਾ। ਠੀਕ ਹੈ, ਲੈ ਭਾਈ ਕਰ ਭਾਂਡਾ ਉਹਰਾ। ਮੇਰੇ ਬਾਪੂ ਨੇ ਕਿਹਾ ਪੈਸੇ ਨੀ ਮੜਾ ਕੇ ਲਿਆਣੇ, ਤੇਲ ਲਿਆਣਾ ਸਾਰਾ। ਚੀਜ਼ ਲੈ ਜਾ ਫਿਰ। ਨਾ ਚੀਜ਼ ਲੈ ਜਾਣੀ, ਕਹਿੰਦਾ ਤੇਲ ਲਈ ਨੀ ਕੁੱਟੂਗਾ। ਹੁਣ ਦੱਸ ਫਿਰ ਇਹ ਚ ਤਾਂ ਪੈਂਦਾ ਨੀ, ਕਿਵੇਂ ਪਾਵਾਂ? ਪੈਂਦਾ ਨੀ ਇਹ ਚ ਨਾ। 1 ਰੁਪਈਆ ਰਹਿ ਗਿਆ ਮੇਰਾ। ਹੈ ਹਾਂ, ਫਿਰ ਤੂੰ ਐ ਕਰ, ਹਾਂ 1 ਰੁਪਈਏ ਦਾ ਇੱਧਰ ਪਾ ਦੇ। ਅੱਛਾ ਭਾਈ, ਇੱਧਰ ਪੈ ਜੂ 1 ਰੁਪਈਏ ਦਾ। ਹਾਂ 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 ਪੈ ਜੂਗਾ। ਲੈ ਭਾਈ ਹੋ ਗਿਆ 5 ਦਾ ਤੇਲ ਪੂਰਾ। ਹੋ ਗਿਆ 5 ਦਾ ਤੇਲ। ਹਾਂ ਲੈ ਭਾਈ ਬਿੱਲੇ ਰਾਮਾ, ਤੈਂ ਤਾਂ ਕਰਿਆ ਨੀ ਕੋਈ ਫਿਰ ਵੀ ਬੇਈਮਾਨਾ, ਤੇਰੇ ਆਪੇ ਪੈਸੇ ਪੂਰੇ ਹੋ ਗਏ। ਮੁੰਡੇ ਤੋਂ 4 ਰੁਪਏ ਲੈਣੇ ਤੇ ਆਪੇ ਤੇਰਾ ਪਲਟ ਕੇ 4 ਦਾ ਆਪਣੇ ਭਾਂਡੇ 'ਚ ਪਾ ਗਿਆ, 1 ਦਾ ਲੈ ਕੇ ਪਾ ਗਿਆ। ਚੱਲ ਸਿਆ ਬਰਾਬਰ ਰੱਖ ਸਾਈਡ ਤੇ। ਉਰੇ ਆ ਜੀ, ਮੇਰੀ ਗੱਲ ਸੁਣਾ ਬਾਰੇ ਆ ਕੇ। ਕੀ ਹੋ ਗਿਆ? ਕਿਉਂ ਭੰਕੀ ਜਾਂਦੇ? ਆ ਤੇਲ ਰੋਜ਼ ਮਕਾਈ ਰੱਖਦੀ ਆ, ਲੋਕਾਂ ਨੂੰ ਵੰਡੀ ਜਾਂਦੀ ਆ। ਹੈ ਤੂੰ ਨਹੀਂ ਵੰਡਦੀ ਮੰਨਾ ਦਰ ਜਾਂਦਾ ਲੋਕਾਂ ਦੇ। ਕੀ ਕੀਦੇ ਤੜਕੇ ਆ? ਕੀਦੇ ਤੜਕੇ ਆ? ਸਾਰੇ ਉਮਰ ਦੀ ਖੰਦੀ ਤੇਰੇ ਸ਼ੁਕਰ ਕੀਦੇ। ਮੈਂ ਕੀਦੇ ਤੜਕੇ ਆ ਵੰਡਾ? ਹੈ ਨਾ ਤੈਨੂੰ ਕਹਿਣਾ ਕਿਹੜਾ ਖੰਜਰਾ ਮੈਂ ਲੋਕਾਂ ਦਾ? ਇੱਕ ਦੋ ਕਿਹੜਾ ਕਹਿੰਦਾ ਖੰਜਰਾ? ਤੂੰ ਸਾਰੇ ਉਮਰ ਦੀ ਕਿੱਥੇ ਜਾਂਦੀ ਨਾ ਤੂੰ? ਨਾ ਕੀਦੇ ਪਿੱਛੇ ਗਈ ਆ ਤੇ? ਹੈ ਤੂੰ ਦੱਸ ਮੈਨੂੰ ਪਤਾ ਨੀ ਕੀ ਖਾ ਕੇ। ਨਾ ਨਾ ਉਹ ਤਾਂ ਲੱਛਮੀ ਕਹਿ ਗਈ ਸੀ, ਮੈਂ ਨੀ ਕੁਛ ਕਹਿ ਕੇ ਗਿਆ। ਉਹ ਤੇ ਲੱਛੂ ਕੀ ਗੁਆਂਢਣਾ ਨਾ, ਉਹ ਕਹਿ ਗਈ ਸੀ ਬਾਪੂ ਲੈ ਚੁਸਕੀ ਖਾ ਲੈ। ਸਾਲਾ ਚੁਸਕੀ ਦਾ ਮੈਂ ਰੜ ਕੇ ਖਾ ਲੇ, ਹਜੇ ਚੁਸਕੀ ਦੀ ਘਾਟੇ ਰਹੀ ਨਹੀਂ ਤੇਰੀ ਗੱਲ ਸੁਣ ਬਾਪੂ। ਇਹ ਤਾਂ ਸਾਰੇ ਲੋਕ ਹੀ ਖਾਂਦੇ ਨੇ, ਇਹ ਤਾਂ ਕੁੱਤੇ ਖਾਣੀ ਸਾਰਿਆਂ ਨਾਲੇ ਹੁੰਦੀ ਹੈ। ਚੱਲ ਪੰਕੀ ਚੱਲ ਤੇਲ ਲਿਆਂਦਾ? ਹਾਂ ਲੈ।
ਮੈਂ ਕਹਿੰਦਾ ਸਾਰਿਆਂ ਨਾਲੇ ਕੁੱਤੇ ਖਾਣੀ ਹੁੰਦੀ ਆ ਇਹ। ਤੇਲ ਲਿਆਇਆ ਪੂਰੇ ਲਿਆਇਆ ਉਹ 5 ਰੁਪਈਆਂ ਦਾ ਇੰਨਾ ਤੇਲ ਹੋਏ ਨਾ ਬਾਪੂ ਹਾਂ ਬਾਕੀ ਇੱਧਰ ਹੈ 4 ਰੁਪਈਆਂ ਦਾ ਕਿੱਧਰ ਆਹਾ ਇਹ ਤਾਂ ਖਾਲੀ ਆ ਹੈ ਮੈਂ ਗੁਰਦੁਆਰੇ ਲੌਸਮੈਂਟ ਕਰਾਊਂਗਾ ਕਹਿੰਦੂ ਮੇਰੇ ਬਾਪੂ ਮੇਰੀ ਮਾਂ ਨੇ ਰੜਕਿਆਂ ਨਾਲ ਕੁੱਟਿਆ ਹਾਂ ਸਿੱਧੀ ਜੀ ਗੱਲ ਦੱਸਦਾ ਤੈਨੂੰ ਮੈਂ ਨੀ ਹੜਦਾ ਫਿਰ ਜੇ ਮੇਰੇ ਹੁਣ ਜੂਤ ਮਾਰਿਆ ਕਦੇ ਵੀ ਹਾਂ ਦੇਖ ਲੈ ਫਿਰ ਲੰਘ ਜਾ ਲੰਘ ਜਾ ਚਲ ਹੁਣ ਟੇਢਾ ਟੇਢਾ ਜਾ ਘੁਮਾਰ ਦਾ ਘੁਮਾਰੀ ਤੇ ਜ਼ੋਰ ਨੀ ਚੱਲਦਾ ਗਦੇ ਦੇ ਉਂਗੀ ਕੰਨ ਮਰੋੜ ਮੈਨੂੰ ਹੈਂ ਦੱਸ ਮੈਂ ਇੱਕ ਗੱਲ ਤਾਂ ਹੈਗੀ ਹੈ ਨਾ ਤੇਰੇ ਨਾਲ ਜੇ ਰਹੋ ਨਾ ਬਾਪੂ ਕਦੇ ਜੂਤ ਚੱਕਿਆ ਕਰੂਗਾ ਉਹਦੀ ਕਦੇ ਕਰੂੰਗਾ ਗੁਰਦੁਆਰੇ ਜਾਵਾਂ ਲਾ ਉਸ ਮਿੰਟ ਕਰਨ ਉਹਦੀ ਡੰਡਾ ਜਿਹਾ ਹੋ ਜਾ ਕਰੂਗਾ ਨਾ ਬਾਈ ਹੁਣ ਐਂ ਦੱਸੋ ਵੀਡੀਓ ਤਾਂ ਦੇਖ ਲਈ ਕਮੈਂਟ ਕੌਣ ਕਰੂਗਾ ਲਾਈਕ ਕੌਣ ਕਰੂਗਾ ਅਤੇ ਇਹਨੂੰ ਸ਼ੇਅਰ ਕੌਣ ਕਰੂਗਾ ਚੈਨਲ ਨੂੰ ਸਬਸਕ੍ਰਾਈਬ ਕੌਣ ਕਰੂਗਾ ਬਾਈ ਕਰਾਓ ਯਾਰ ਬਹੁਤ ਜੂਤ ਪੈ ਗਏ ਹੁਣ ਤਾਂ ਲੱਭ ਜੂਗਾ ਟਰਾਲੀ ਭਰ ਕੇ